ਜਿਹੜੀ ਬੜੀ ਪ੍ਰਸਿੱਧ ਕਵਿਤਾ ਜਸਵਿੰਦਰ ਨੇ ਕਿਹਾ ਕਿ 18ਵੇਂ ਸਾਲ ਵਾਲੇ ਉਹ ਰਿਪੀਟ ਕਰੋ। 18ਵੇਂ 'ਚ ਜਿਹੜਾ 18ਵਾਂ ਸਾਲ ਹੈ ਉਹ ਬਦਨਾਮ ਹੋਣ ਲਈ ਨਹੀਂ, ਉਹ ਨਾਮ ਕਮਾਉਣ ਲਈ ਹੁੰਦਾ। ਸੋ ਉਸ ਦੀ ਗੱਲ ਕਰ ਰਹੇ ਹਾਂ ਕਿ ਡੀਜ਼ੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ, ਸ਼ੋਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ, ਗੀਤ ਸੁਣ ਦਿਮਾਗ ਸੱਚੀ ਜਾਮ ਹੋ ਗਿਆ। ਕਹਿੰਦਾ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ। ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ, ਆ ਬਦਨਾਮੀਆਂ ਭਾਈ ਹੋਏ ਪਿਆਰ ਨਹੀਂ ਹੁੰਦੀਆਂ। ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀ, 18ਵੇਂ 'ਚ ਦੱਸਦਾ ਹੋਏ ਕਿਹੜਾ ਕਿਹੜਾ ਕੰਮ ਕਰਨਾ ਸੀ। 12ਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਹੋਏ, ਫੌਜ ਵਿੱਚ ਭਰਤੀ ਲਈ ਕਰਨਾ ਸੀ ਟਰਾਈ ਹੋਏ, ਮਾਰਸ਼ਲ ਅਰਜਨ ਸਿੰਘ ਵਾਂਗ ਨਾਮਣਾ ਸੀ ਖੱਟਣਾ, ਬਾਪੂ ਦੇ ਮੋਢਿਆਂ ਤੋਂ ਬੋਝ ਸੀ ਘਟਣਾ। 18ਵੇਂ 'ਚ ਤਾਂ ਟਰੈਕਟਰ ਦੇ ਸਟੇਅਰਿੰਗ ਫੜ ਲੈਣੇ ਸੀ, ਕਿੱਲਾ ਛੁਡਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ, ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਹੋਏ, ਹਰਜੀਤ ਬਾਜੇ ਖਾਨੇ ਵਾਂਗੂ ਖੇਡਦਾ ਜੇ ਕਬੱਡੀ ਹੋਏ। ਰੋਏ ਵਿੱਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਸਵਰਨ ਮਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ ਲੈਂਦਾ ਮੱਲ ਹੋਏ। 18ਵੇਂ 'ਚ ਤਾਂ ਯਾਦਗਾਰੀ ਰੋਲ ਨਿਭਾਉਣਾ ਸੀ, ਔਲ ਸਾਹਿਬ ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ, ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ, ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ। ਦੱਸ ਕਿਵੇਂ ਆਜ਼ਾਦੀਆਂ ਮਾਣ ਦਾ ਆਵਾਮ ਹੋਏ, ਜੇ 18ਵੇਂ 'ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ। ਦੱਸ ਕਿਵੇਂ ਆਜ਼ਾਦੀਆਂ ਮਾਣ ਦਾ ਆਵਾਮ ਹੋਏ, ਜੇ 18ਵੇਂ 'ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ। ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੋ ਹੁੰਦੇ ਹੋਏ, ਸਿਆਣੇ